ਦੁਨੀਆ ਅੰਦਰ ਜਿੱਥੇ ਇੱਕ ਪਾਸੇ ਸਾਇੰਸ ਤੇ ਵਿਗਿਆਨ ਤਰੱਕੀ ਕਰ ਰਿਹਾ ਹੈ, ਉੱਥੇ ਲੋਕ ਵੀ ਅੱਗੇ ਵੱਧ ਰਹੇ ਹਨ ਅਤੇ ਵੱਡੀਆਂ ਵੱਡੀਆਂ ਫੈਕਟਰੀਆਂ, ਮਾਲ ਤੇ ਬਿਜ਼ਨਸ ਮੋਲ ਬਣਾ ਰਹੇ ਹਨ ਅਤੇ ਸੜਕਾਂ ਦਾ ਚੌਮੁਖੀ ਵਿਕਾਸ ਕੀਤਾ ਜਾ ਰਿਹਾ ਹੈ। ਪਰ ਇਸ ਵਿਕਾਸ ਵਿੱਚ ਹਰ ਪਾਸੇ ਰੁੱਖਾਂ ਦੀ ਕਟਾਈ ਹੋ ਰਹੀ ਹੈ, ਵਿਕਸ਼ ਕੱਟੇ ਜਾ ਰਹੇ ਹਨ, ਜਿਸ ਨਾਲ ਮੌਸਮ ਵਿੱਚ ਅਦਲਾ ਬਦਲੀ ਹੋ ਰਹੀ ਹੈ। ਗਰਮੀ ਦਿਨ ਬ ਦਿਨ ਵੱਧ ਰਹੀ ਹੈ, ਬਾਰਿਸ਼ਾਂ ਘੱਟ ਰਹੀਆਂ ਹਨ ਅਤੇ ਲੋਕਾਂ ਦੀ ਜਾਨ ਨੂੰ ਖਤਰਾ ਹੋਇਆ ਪਿਆ ਹੈ। ਜਿੱਥੇ ਮੌਸਮ ਤਬਦੀਲੀ ਹੋ ਕੇ 45 ਤੋਂ 48-49 ਡਿਗਰੀ ਤਾਪਮਾਨ ਪਹੁੰਚ ਰਿਹਾ ਹੈ, ਇਸ ਦੇ ਕਰਕੇ ਦੁਨੀਆ ਵਿੱਚ ਤਰਾਹੀ ਤਰਾਹੀ ਮਚੀ ਪਈ ਹੈ। ਇਸ ਲਈ ਵੱਖ ਵੱਖ ਸੰਸਥਾਵਾਂ ਵੱਲੋਂ ਵੱਖ ਵੱਖ ਕੰਮ ਕੀਤੇ ਜਾ ਰਹੇ ਹਨ। ਇਸ ਤਹਿਤ ਅੱਜ ਸ਼ੂਗਰ ਮਿੱਲ ਵਿੱਚ ਰੁੱਖ ਲਗਾਓ ਵਾਤਾਵਰਨ ਬਚਾਓ ਪ੍ਰੋਗਰਾਮ ਤਹਿਤ ਪ੍ਰੋਗਰਾਮ ਰੱਖਿਆ ਗਿਆ, ਜਿੱਥੇ ਸ਼ੂਗਰ ਮਿੱਲ ਦੇ ਆਧਾ ਅਧਿਕਾਰੀ ਪਹੁੰਚੇ, GM ਪਹੁੰਚੇ, ਆਮ ਆਦਮੀ ਪਾਰਟੀ ਫਾਜ਼ਿਲਕਾ ਅਤੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਵਾ ਪੁੱਜੇ ਅਤੇ ਨਾਲ ਹੀ DSP ਫਾਜ਼ਿਲਕਾ ਸਰਦਾਰ ਜੋਰਾ ਸਿੰਘ ਵਿਸ਼ੇਸ਼ ਤੌਰ 'ਤੇ ਪੁੱਜੇ। ਉਹਨਾਂ ਵੱਲੋਂ ਉੱਥੇ ਪੌਦੇ ਲਗਾਏ ਗਏ ਅਤੇ ਕਿਹਾ ਗਿਆ ਵੀ ਹਰੇਕ ਵਿਅਕਤੀ ਨੂੰ ਚਾਹੀਦਾ ਹੈ ਆਪਦੇ ਘਰ ਦੇ ਬਾਹਰ 2 ਪੌਦੇ ਜ਼ਰੂਰ ਲਗਾਉਣ ਅਤੇ ਲਗਾਉਣ ਤੋਂ ਇਲਾਵਾ ਉਹਨਾਂ ਦੀ ਸਾਂਭ ਸੰਭਾਲ ਕਰਨ, ਉਹਨਾਂ ਨੂੰ ਵੱਡੇ ਕਰਨ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ। ਇੱਥੇ ਹੋਰ ਉਹਨਾਂ ਕੀ ਕੁਝ ਕਿਹਾ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ। ਭਗਵੰਤਮਾਨ ਜੀ, ਸਾਡੇ ਮੰਤਰੀ ਹਰਪਾਲ ਚੀਮਾ ਜੀ, ਜਿਨ੍ਹਾਂ ਨੇ ਟੀਚਾ ਦਿੱਤਾ ਸੀ ਹਰ ਏਰੀਏ ਵਿੱਚ 50,000 ਦਫ਼ਤਰ ਲਗਾਉਣੇ ਆ, ਉਹਦਾ ਸ਼ੁਰੂਆਤ ਕੀਤੀ GR ਸਾਹਿਬ ਨੇ। ਸਾਡੇ ਕੋਵਿਡ ਡਿਪਾਰਟਮੈਂਟ ਦੇ ਹੈੱਡ ਆ ਇਸ ਏਰੀਏ ਦੇ, ਉਹਨਾਂ ਦੇ ਨਾਲ DR ਮੈਡਮ ਜੋ ਕੋਵਿਡ ਮਹਿਕਮੇ ਦੇ ਬਾਕੀ ਸਾਥੀ ਆਏ ਨੇ, ਇਸ ਵਿੱਚ ਚੇਚੇ ਤੌਰ 'ਤੇ DSP ਫਾਜ਼ਿਲਕਾ ਵੀ ਆਏ ਨੇ ਜੀ ਅਤੇ ਜ਼ਿਲ੍ਹਾ ਪ੍ਰਧਾਨ ਵੀ ਆਏ ਨੇ। ਅਸੀਂ ਲਗਭਗ ਅੱਜ ਦਾ ਟੀਚਾ ਇਹ ਆ ਜੀ 250 ਕਰੀਬ ਦਰਖਤ ਲਗਾਵਾਂਗੇ ਮਿਲ ਦੇ ਅੰਦਰ, ਜਿਹਨਾਂ ਦਾ ਪਾਲਣ ਪੋਸ਼ਣ ਵੀ ਕਰਾਂਗੇ। ਸ਼ੂਗਰ ਮਿੱਲ ਦੇ ਵਿੱਚ ਫਾਜ਼ਿਲਕਾ ਸ਼ੂਗਰ ਮਿੱਲ, ਜਿਹਦੇ ਵਿੱਚ JR ਸਾਹਿਬ, DR ਮੈਮ, GM ਸਰ ਪਹੁੰਚੇ ਨੇ ਅਤੇ ਮੈਂ ਫਾਜ਼ਿਲਕਾ ਵਾ ਸ਼ੂਗਰ ਮਿੱਲ ਵਾਸਤੇ ਅਤੇ ਫਾਜ਼ਿਲਕਾ ਨਿਵਾਸਾਂ ਵਾਸਤੇ ਇਹ ਭਗਿਆ ਦਿਨ ਸਮਝਦਾ ਕਿ ਇੰਨੇ ਅਫਸਰ ਇੱਥੇ ਆਉਣਾ, ਇੱਕ ਪੁਰਾਣੀ ਸ਼ੂਗਰ ਮਿੱਲ ਨੂੰ ਸੰਭਾਲਣਾ, ਇਹ ਅਫਸਰਾਂ ਦੀ ਅਤੇ ਨਵੀਂ ਸਰਕਾਰ ਦੀ ਦੇਣ ਹੈ। ਮੈਂ ਇਹਨਾਂ ਦਾ ਸਵਾਗਤ ਕਰਦਾ ਇੱਥੇ ਪਹੁੰਚਣ 'ਤੇ, ਜਿਨ੍ਹਾਂ ਨੇ ਸ਼ੂਗਰ ਮਿੱਲ ਦੀ ਸਾਰੀਆਂ ਸਮੱਸਿਆਵਾਂ ਸੁਣੀਆਂ ਨੇ। ਨਾਲ ਇੱਕ ਜਿਹੜਾ JR ਸਾਹਿਬ ਨੇ, ਇਹਨਾਂ ਕੋਲ 7 ਡਿਸਟ੍ਰਿਕਟ ਨੇ ਜਿਨ੍ਹਾਂ ਦੇ ਵਿੱਚ ਪਲਾਂਟੇਸ਼ਨ ਦਾ ਕੰਮ ਸ਼ੁਰੂ ਕੀਤਾ ਹੈ, ਬਹੁਤ ਵਧੀਆ ਗੱਲ ਹੈ ਕਿ ਪੰਜਾਬ ਸਰਕਾਰ ਵੀ ਚਾਹੁੰਦੀ ਹੈ ਕਿ ਸਾਰੀ ਜਗ੍ਹਾ 'ਤੇ ਵਰਿਕਸ਼ ਲਗਾਏ ਜਾਣ, ਜਿਹਦਾ ਕਿ ਸਾਰਿਆਂ ਨੂੰ ਫਾਇਦਾ ਹੋ ਸਕੇ। ਅਤੇ JR ਸਾਹਿਬ ਨੂੰ ਮੈਂ ਇਸ ਵਾਸਤੇ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਫਾਜ਼ਿਲਕਾ ਆ ਕੇ ਵੀ ਪਲਾਂਟੇਸ਼ਨ ਦਾ ਕੰਮ ਕੀਤਾ। ਅਤੇ ਸ਼ੂਗਰ ਮਿੱਲ ਦੀ ਗੱਲ ਇਹਨਾਂ ਨੇ ਦੱਸੀ ਹੈ, ਇੱਥੋਂ ਦੇ ਨਿਵਾਸੀਆਂ ਨੇ ਵੀ ਕੁਝ ਸਮੱਸਿਆਵਾਂ ਦੱਸੀਆਂ ਨੇ ਸ਼ੂਗਰ ਮਿੱਲ ਦੀਆਂ, ਕਿਉਂਕਿ ਸ਼ੂਗਰ ਮਿੱਲ ਕਾਫੀ ਪੁਰਾਣੀ ਹੈ। ਅਤੇ JR ਸਾਹਿਬ ਨੂੰ ਸਾਰੀਆਂ ਗੱਲਾਂ ਦੱਸੀਆਂ ਨੇ ਅਤੇ ਮੈਂ ਇੱਕ ਸਰਕਾਰ ਦਾ ਨੁਮਾਇੰਦਾ ਹੋਣ ਨਾਤੇ ਇਹਨਾਂ ਨਾਲ ਡਿਸਕਸ ਕਰਕੇ ਜੋ ਵੀ ਸਮੱਸਿਆਵਾਂ ਇੱਥੋਂ ਫਾਜ਼ਿਲਕਾ ਸ਼ੂਗਰ ਮਿੱਲ ਦੀਆਂ ਹੋਣਗੀਆਂ, ਅਸੀਂ ਫਾਜ਼ਿਲਕਾ ਦੇ MLA ਨਾਲ ਗੱਲ ਕਰਕੇ ਅਤੇ ਇਹਨਾਂ ਨਾਲ ਡਿਸਕਸ ਕਰਕੇ ਪੰਜਾਬ ਸਰਕਾਰ ਨੂੰ CM ਭਗਵੰਤ ਮਾਨ ਜੀ ਨੂੰ ਦੱਸ ਦਿਆਂਗੇ। ਬਾਕੀ ਗੰਨੇ ਦੀ ਖੇਤੀ ਦੀ ਗੱਲ ਹੈ ਤਾਂ ਪੰਜਾਬ ਸਰਕਾਰ ਵੀ ਚਾਹੁੰਦੀ ਹੈ, ਸਾਡੇ CM ਭਗਵੰਤ ਮਾਨ ਜੀ ਵੀ ਇਹ ਚਾਹੁੰਦੇ ਨੇ ਕਿ ਫਸਲਾਂ ਅਲੱਗ ਅਲੱਗ ਬੀਜੀਆਂ ਜਾਣ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਜਿਹੜੀ ਕਿ ਘਾਟ ਆਉਣ ਦੀ ਸੰਭਾਵਨਾ ਬਣਦੀ ਹੈ ਕਿ ਉਹਨੂੰ ਠੀਕ ਹੈ। ਅੱਜ ਅਸੀਂ ਫਾਜ਼ਿਲਕਾ ਸ਼ੂਗਰ ਮਿੱਲ ਦੇ ਵਿੱਚ ਆਏ ਹੋਏ ਹਾਂ, ਇਸ ਇਹ ਪਰਟੀਕੁਲਰਲੀ ਅੱਜ ਇੱਕ ਤਾਂ ਪਲਾਂਟੇਸ਼ਨ ਜਿਹੜੀ ਹੈਗੀ ਹੈ ਪੂਰੇ ਮੈਂ 7 ਡਿਸਟ੍ਰਿਕਟ ਮੇਰੇ ਕੋਲ ਹੈਗੇ ਆ, ਜਿਹਦੇ ਵਿੱਚ ਕੋਆਪਰੇਟਿਵ ਡਿਪਾਰਟਮੈਂਟ ਦੇ ਜਿੱਦਾਂ ਕੋਆਪਰੇਟਿਵ ਸੁਸਾਇਟੀਜ਼ ਨੇ, ਕੋਆਪਰੇਟਿਵ ਬੈਂਕਸ ਨੇ, ਮਾਰਕਫੈਡ ਹੈ, ਸ਼ੂਗਰ ਮਿੱਲਸ ਹੈ, ਮਿਲਕ ਯੂਨੀਅਨ ਮਿਲਕ ਪਲਾਂਟ ਹੈ, ਵੇਰਕਾ ਦੇ ਪਲਾਂਟਸ ਹੈ। ਅਤੇ ਮੈਂ ਪੂਰੀ ਡਿਵੀਜ਼ਨ ਜਿਹੜੀ 7 ਡਿਸਟ੍ਰਿਕਟ ਦੇ ਵਿੱਚ 50,000 ਤੋਂ 60,000 ਜਿਹੜਾ ਪਲਾਂਟੇਸ਼ਨ ਕਰਨ ਲਈ ਮੈਂ ਟੀਚਰ ਮਿੱਤਰਿਆ ਇਸ ਚੀਜ਼ ਆਲਰੇਡੀ ਇਹਦੀ ਇੰਸਟਰਕਸ਼ਨ ਦੇਤੀਆਂ ਔਰ ਉਹ ਮਤਲਬ ਸਾਰੇ ਜਿਹੜੇ ਆ ਪਲਾਂਟੇਸ਼ਨ ਆਪਾਂ ਡਿਵੈਲਪ ਕਰ ਰਹੇ ਹਾਂ। ਇਹਦੇ ਵਿੱਚ ਕਿਉਂਕਿ ਕੋਆਪਰੇਟਿਵ ਸੁਸਾਇਟੀ ਜਾਂ ਆਪਣੇ ਜਿੰਨੇ ਵੀ ਅਦਾਰੇ ਨੇ, ਇਹ ਪਲਾਂਟੇਸ਼ਨ ਇੱਕ ਬਹੁਤ ਹੀ ਜ਼ਰੂਰੀ ਹੈ ਪਰਿਆਵਰਨ ਦੀ ਸੁਰੱਖਿਆ ਕਰਨ ਲਈ, ਔਰ ਖਾਸ ਕਰਕੇ ਗੁਰੂ ਸਾਹਿਬ ਨੇ ਗੁਰਬਾਣੀ 'ਚ ਵੀ ਕਿਹਾ, ਪਵਨ ਗੁਰੂ ਪਾਣੀ ਪਿਤਾ ਧਰਤੀ ਮਾਤਾ ਮਾਤ। ਸੋ ਪਵਨ ਨੂੰ ਮਤਲਬ ਗੁਰੂ ਦਾ ਦਰਜਾ ਦਿੱਤਾ, ਇਹ ਬਹੁਤ ਵੱਡਾ ਇੱਕ ਸੰਦੇਸ਼ ਹੈ ਗੁਰੂ ਸਾਹਿਬ ਦਾ ਕਿ ਜਿਹੜਾ ਹਵਾ ਜਿਹੜੀ ਆ ਉਹ ਸਾਫ਼ ਕਰਨ ਵਾਸਤੇ ਜੋ ਸਾਡੇ ਉਪਰਾਲੇ ਹੋਣੇ ਚਾਹੀਦੇ ਉਹ ਜ਼ਰੂਰ ਹੋਣੇ ਚਾਹੀਦੇ। ਇਸ ਕਰਕੇ ਇਹ ਹਰ ਸੀਜ਼ਨ 'ਤੇ ਹੀ ਮੈਂ ਕਰਦਾ ਹੈਗਾ ਐਫਰਟਸ, ਔਰ ਜਿਹਨਾਂ ਪਰਮਾਤਮਾ ਦੀ ਈਸ਼ਵਰ ਦੀ ਬੜੀ
ਅਤੇ ਮਿਹਰ ਮਿਲਦੀ ਹੈ ਅਤੇ ਇਸ ਕਰਕੇ ਇਸੀ ਮਤਲਬ ਉਹਨਾਂ ਦੀ ਆਗਿਆ ਦੇ ਨਾਲ ਇਹ ਅੱਜ ਮਤਲਬ ਫਾਜ਼ਿਲਕਾ ਸ਼ੂਗਰ ਮਿਲ ਦੇ ਵਿੱਚ ਪਲਾਂਟੇਸ਼ਨ ਕਰ ਰਹੇ ਨੇ। ਤਕਰੀਬਨ ਇਹਨਾਂ ਨੇ ਮਤਲਬ ਇਸ ਵੇਲੇ ਕੋਈ 250 ਬੂਟਾ ਜਿਹੜਾ ਇਹਨਾਂ ਨੇ ਮੰਗਵਾਇਆ ਸੀ ਜਿਹਦੀ ਅੱਜ ਸ਼ੁਰੂਆਤ ਕੀਤੀ ਹੈ ਅਤੇ ਸੋ ਇਸ ਕਰਕੇ ਇਹ ਮੋਡਲ ਜਿਹਦਾ ਮੇਨ ਸੀ। ਸੈਕਿੰਡਲੀ ਮੈਂ ਇੱਕ ਮੀਟਿੰਗ ਕਰਨੀ ਹੈਗੀ ਆ ਸਾਡੇ ਕੋਪਰੇਟ ਬੈਂਕਸ ਤੋਂ ਵੀ ਕੁਛ ਸਾਡੇ ਬ੍ਰਾਂਚ ਮੈਨੇਜਰਸ ਸੁਸਾਇਟੀ ਦੇ ਸੈਕਟਰੀਜ ਇੰਸਪੈਕਟਰਸ ਏਆਰ ਐਂਡ ਡੈਪਟੀ ਕਮਿਸ਼ਨਰ ਉਹਨਾਂ ਨਾਲ ਮੈਂ ਇੱਕ ਮੀਟਿੰਗ ਲੈਣੀ ਰਿਵਿਊ ਮੀਟਿੰਗ ਲੈਣੀ ਫੋਰ ਦਾ ਰਿਕਵਰੀ ਐਂਡ ਅਦਰ ਇੰਪੋਰਟੈਂਟ ਇਸ਼ੂਜ ਜੋ ਗਵਰਨਮੈਂਟ ਦੀਆਂ ਇੰਸਟਰਕਸ਼ਨ ਦਾ ਸਾਡੇ ਰਜਿਸਟਰਾਰ ਸਾਹਿਬ ਜਿਹੜੇ ਕਿ ਰੀਸੈਂਟਲੀ ਕੁਛ ਨਵੇਂ ਨਵੇਂ ਅਪੁਆਇੰਟ ਹੋਏ ਨੇ ਇੱਥੇ ਐਜ਼ ਰਜਿਸਟਰਾਰ ਆਏ ਨੇ ਉਹਨਾਂ ਦੀ ਬਹੁਤ ਪੋਜ਼ੀਟਿਵ ਸਾਨੂੰ ਸਪੋਰਟ ਔਰ ਕੰਮ ਵਾਸਤੇ ਬੜਾ ਗਾਈਡ ਕਰ ਰਹੇ ਨੇ ਉਹਨਾਂ ਦੀ ਗਾਈਡੈਂਸ ਦੇ ਨਾਲ ਅਸੀਂ ਅੱਜ ਸਾਰਾ ਇਹਨਾਂ ਤੋਂ ਮਤਲਬ ਰਿਵਿਊ ਕਰਨਾ ਹੈ। ਜੀ ਸਰ, ਗੰਨਾ ਦੀ ਪੈਦਾਵਾਰ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਰਣਨੀਤੀ ਹੈ? ਕੋਈ ਗੰਨਾ ਨੂੰ ਪੈਦਾ ਕਰਨ, ਦੇਖੋ ਸਭ ਤੋਂ ਇੰਪੋਰਟੈਂਟ ਹੈਗਾ ਕਿ ਇਹ ਸ਼ੂਗਰ ਮਿਲ ਜਿਹੜੀ ਹੈ ਬਹੁਤ ਪੁਰਾਣੀ ਹੈ, ਇਹਨਾਂ ਦਾ ਮੈਂ ਰਿਵਿਊ ਕੀਤਾ ਹੈਗਾ ਕਿਉਂਕਿ ਇਹਨਾਂ ਦੀ ਮਸ਼ੀਨਰੀ 1985 ਤਰ੍ਹਾਂ ਅੱਜ ਇੱਥੇ ਪੌਦਾ ਰੋਪਣ ਕੀਤੇ ਗਏ ਨੇ ਸ਼ੂਗਰ ਮਿਲ ਦੇ ਵਿੱਚ, ਤੁਸੀਂ ਵੀ ਪਹੁੰਚੇ ਹੋ। ਅੱਜ ਜੇ ਆਰ ਸਾਹਿਬ, ਡੀ.ਆਰ. ਸਾਹਿਬ, ਜ਼ਿਲ੍ਹਾ ਪ੍ਰਧਾਨ ਨਾਰੂਨ ਕਾਟੀ ਵਧਵਾ ਸਾਹਿਬ ਸਾਰੇ ਇੱਥੇ ਪਹੁੰਚੇ ਹਾਂ। ਉਹਨਾਂ ਨੇ ਅੱਜ ਇੱਕ ਬੜੀ ਪਹਿਲਕਦਮੀ ਕੀਤੀ ਹੈ ਕਿ ਆਹ ਮੌਸਮ ਹੈ ਜੋ ਮੇਰੇ ਪੌਦੇ ਲਾਉਣ ਦਾ ਮੌਸਮ ਸ਼ੁਰੂ ਹੋ ਗਿਆ, ਇਹ ਬੜਾ ਅੱਛਾ ਇਹਨਾਂ ਦਾ ਉਦਮ ਹੈ ਜੋ ਪੌਦੇ ਲਾਉਣ ਦੀ ਸ਼ੁਰੂਆਤ ਕੀਤੀ ਹੈ ਜੋ ਅੱਜ ਕੋਈ 250 ਪੌਦਾ ਅੱਜ ਲਾਇਆ ਜਾ ਰਿਹਾ ਅਤੇ ਮੈਂ ਸਾਰੇ ਵਧਾਈ ਦੇ ਪਾਤਰ ਨੇ ਇਹ ਪਹਿਲਕਦਮੀ ਕੀਤੀ ਹੈ। ਮੈਂ ਸਾਰਿਆਂ ਨੂੰ ਇਹ ਕਹੂੰਗਾ ਵੀ ਹਰ ਇਨਸਾਨ ਨੂੰ ਹਰੀ ਘੱਟੋ ਘੱਟ 5-5 ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਰ ਸਾਲ। ਜੋ ਆਪਾਂ ਦਿਨੋਂ ਦਿਨ ਦੇਖ ਰਹੇ ਹਾਂ ਵੀ ਗਰਮੀ ਦਾ ਪ੍ਰਕੋਪ ਕਿੰਨਾ ਵੱਧ ਰਿਹਾ, ਇਹ ਆਪਣੇ ਜੋ ਪਲਾਂਟੇਸ਼ਨ ਘੱਟ ਹੋਣ ਦਾ ਕਾਰਨ ਹੈ, ਗਲੋਬਲ ਵਾਰਮਿੰਗ ਜੋ ਹੋ ਰਹੀ ਹੈ। ਜੇ ਆਪਾਂ ਇਹ ਹਰ ਸਾਲ ਆਪਣੇ ਪੌਦੇ ਨਹੀਂ ਲਗਾਵਾਂਗੇ ਤਾਂ ਇਹ ਕਿੰਨਾ ਪਬਲਿਕ ਸਮੱਸਿਆ ਨੂੰ ਜਿੱਤਣਾ ਪਊਗਾ। ਅਤੇ ਮੈਂ ਸਾਰਾ ਨੂੰ ਇਹ ਅਪੀਲ ਕਰਦਾ ਹਾਂ ਵੀ ਹਰ ਸਾਲ ਬਰਸਾਤ ਦੇ ਦਿਨਾਂ ਦੇ ਵਿੱਚ ਹਰ ਬੰਦਾ 10-10 ਬੂਟੇ ਪੌਦੇ ਜ਼ਰੂਰ ਲਗਾਵੇ। ਸਰ, ਦੇਖਣ ਨੂੰ ਮਿਲ ਰਿਹਾ ਹੈ ਵੀ ਹਰ ਮਹਿਕਮਿਆਂ ਵੱਲੋਂ ਪੌਦੇ ਲਗਾਏ ਜਾ ਰਹੇ ਨੇ, ਕੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹੋ ਜਿਹਾ ਉਪਰਾਲਾ ਕੀਤਾ ਜਾਏਗਾ? ਬਿਲਕੁਲ ਜੀ, ਅਸੀਂ ਕਰਾਂਗੇ, ਫਾਜ਼ਿਲਕਾ ਦੇ ਵਿੱਚ ਵੀ ਸ਼ੁਰੂਆਤ ਕਰਾਂਗੇ, ਲਗਾਵਾਂਗੇ। ਇਸ ਤੋਂ ਪਹਿਲਾਂ ਮੈਂ 3 ਪਟਿਆਲਾ ਦੇ ਵਿੱਚ ਪੋਸਟਡ ਰਿਹਾ, ਉੱਥੇ ਹਰ ਸਾਲ ਮੈਂ ਉੱਥੇ ਪੌਦੇ ਲਗਾਉਂਦਾ ਸੀ ਜੋ ਬਾਲੇ ਵੀ ਗਏ ਨੇ। ਹੁਣ ਵੀ ਜਦੋਂ ਮੇਰਾ ਚੰਡੀਗੜ੍ਹ ਚੱਕਰ ਲੱਗਦਾ ਮੈਂ ਦੇਖ ਕੇ ਆਉਂਦਾ, ਉਹ ਪੌਦੇ ਕਰੀਬ 10-10 ਫੁੱਟ ਦੇ ਹੁੰਦੇ, 12 ਫੁੱਟ ਦੇ ਹੁੰਦੇ ਨੇ, ਅਤੇ ਉਹਨਾਂ ਨੂੰ ਮੈਂ ਇੰਸਟਰਕਸ਼ਨ ਦੇ ਕੇ ਆਉਂਦਾ ਵੀ ਜੋ ਪੌਦੇ ਮੇਰੇ ਦੌਰਾਨ ਲਾਏ ਗਏ ਹੈ ਉਹਨਾਂ ਦੇਖ ਰੇਖ ਕੀਤੀ ਜਾਵੇ, ਉਹਨੂੰ ਪਾਲਿਆ ਜਾਵੇ। ABN न्यूज चैनल देखने वाले सभी दर्शकों से हम अपील करते हैं कि ABN न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।